ਇਹ ਹੈ ਦਿੱਲੀ ਵਿੱਚ ਬਣਿਆ ਮੁਗਲ ਸਮਰਾਟ ਹੁਮਾਯੂੰ ਦਾ ਮਕਬਰਾ। ਪਰ ਹੁਣ ਭਾਰਤ ਸਰਕਾਰ ਇੱਥੇ ਇੱਕ ਹੋਰ ਮੁਗਲ ਸ਼ਹਿਜ਼ਾਦੇ ਦੀ ਕਬਰ ਦੀ ਭਾਲ ਕਰ ਰਹੀ ਹੈ। ਦਾਰਾ ਸ਼ਿਕੋਹ ਸ਼ਾਹਜਹਾਂ ਦੇ ਉੱਤਰਾਧਿਕਾਰੀ ਸਨ। ਇਤਿਹਾਸਕਾਰਾਂ ਦੇ ਮੁਤਾਬਕ ਉਹ ਸਾਰੇ ਧਰਮਾਂ ਨੂੰ ਬਰਾਬਰੀ ਦੀ ਨਜ਼ਰ ਨਾਲ ਦੇਖਦੇ ਸਨ। ਪਰ ਪਿਤਾ ਦੀ ਬਿਮਾਰੀ ਦੇ ਕਾਰਨ ਔਰੰਗਜ਼ੇਬ ਨੇ ਦੂਜੇ ਸ਼ਹਿਜ਼ਾਦਿਆਂ ਦੇ ਨਾਲ ਮਿਲ ਕੇ ਸਿੰਘਾਸਨ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਲੜਾਈ ਵਿੱਚ ਦਾਰਾ ਸ਼ਿਕੋਹ ਦੀ ਹਾਰ ਹੋਈ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਕਤਲ ਕਰ ਦਿੱਤਾ ਗਿਆ। ਇਤਿਹਾਸਕਾਰ ਲਿਖਦੇ ਨੇ ਕਿ ਉਹਨਾਂ ਨੂੰ ਹੁਮਾਯੂੰ ਦੇ ਮਕਬਰੇ ਵਿੱਚ ਹੀ ਦਫਨਾਇਆ ਗਿਆ ਸੀ। ਪਰ ਇੱਥੇ ਕਬਰਾਂ ਦੀ ਪਛਾਣ ਕਰ ਪਾਉਣਾ ਬਹੁਤ ਮੁਸ਼ਕਿਲ ਹੈ। ਹੁਮਾਯੂੰ ਕੇ ਮਕਬਰੇ ਮੇਂ ਕਿਸੀ ਭੀ ਕਬਰ ਕੇ ਉੱਪਰ ਕਤਬਾ ਨਹੀਂ ਹੈ, ਇਹ ਲਿਖਾ ਹੁਆ ਨਹੀਂ ਹੈ ਕਿ ਵੋ ਕਿਸ ਕੀ ਕਬਰ ਹੈ, ਇਸ ਲਈ ਕਿਸੀ ਕੇ ਬਾਰੇ ਮੇਂ ਇਹ ਮਾਲੂਮ ਨਹੀਂ ਕਿ ਵੋ ਕਹਾਂ ਦਫਨ ਕੀਆ ਗਿਆ। ਮਕਬਰੇ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਏ ਬਿਨਾਂ ਦਾਰਾ ਦੀ ਕਬਰ ਦਾ ਪਤਾ ਲਗਾਉਣਾ ਆਸਾਨ ਨਹੀਂ ਹੋਏਗਾ। ਵਹਾਂ ਪੇ 150 ਕਬਰੇ ਹੈ, ਆਪ ਸਮਝੀਏ। ਲੇਕਿਨ ਅਗਰ ਹਮ ਹੁਮਾਯੂੰ ਕੇ ਮਕਬਰੇ ਕਾ ਜੋ ਮੇਨ ਮਹਿਰਾਬ ਹੈ ਉਸਕੇ ਅੰਦਰ ਨੀਚੇ ਜੋ ਚੈਂਬਰਸ ਬਣੇ ਹੋਏ ਹੈ ਉਸਕੀ ਕਬਰੋਂ ਕਾ ਹੀ ਸਟੱਡੀ ਕਰੇਂਗੇ ਤੋ ਉਸਕਾ ਡਿਜ਼ਾਈਨ ਦੇਖੇਂਗੇ ਕਿ ਕੌਣ ਕੌਣ ਸੀ ਡਿਜ਼ਾਈਨ ਹੈ, ਕਿਆ ਉਸ ਪਰ ਕੋਈ ਇਨਸਕ੍ਰਿਪਸ਼ਨ ਹੈ, ਆਪ ਸਮਝੀਏ। ਆਰਟ ਐਂਡ ਆਰਕੀਟੈਕਚਰ ਪੁਆਇੰਟ ਆਫ ਵਿਊ ਸੇ ਹਮ ਲੋਕ ਕੋਸ਼ਿਸ਼ ਕਰੇਂਗੇ ਕਿ ਕੌਣ ਸੀ ਕਬਰ ਹੋ ਸਕਤੀ ਹੈ। ਇਸ ਤੋਂ ਪਹਿਲਾਂ ਹਿੰਦੂ ਰਾਸ਼ਟਰਵਾਦੀ ਮੁਗਲ ਸ਼ਾਸਕਾਂ ਦਾ ਜ਼ਿਕਰ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਫੈਲਾਉਣ ਦੇ ਲਈ ਕਰਦੇ ਰਹੇ ਨੇ। ਹਾਲਾਂਕਿ ਭਾਰਤ ਦੀ ਮੌਜੂਦਾ ਸਰਕਾਰ ਦਾਰਾ ਸ਼ਿਕੋਹ ਨੂੰ ਇੱਕ ਆਦਰਸ਼ ਮੁਸਲਿਮ ਕਿਰਦਾਰ ਮੰਨਦੀ ਹੈ ਅਤੇ ਉਹਨਾਂ ਨੂੰ ਮੁਸਲਮਾਨਾਂ ਦੇ ਲਈ ਰੋਲ ਮਾਡਲ ਦੇ ਰੂਪ ਵਿੱਚ ਪੇਸ਼ ਕਰਨਾ ਚਾਹੁੰਦੀ ਹੈ।